ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਜੋਗੇ, ਤਹਿਸੀਲ ਪੱਟੀ ਅਤੇ ਜ਼ਿਲ੍ਹਾ ਤਰਨ ਤਾਰਨ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਵਿਖਾਉਣੀਆਂ, ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ ਦੋਵੇਂ। ਅਤੇ ਵੀਰ ਜੀ, ਉਹਨਾਂ ਦੇ ਘਰ ਦੇ ਪਸ਼ੂ ਜਿਹੜੇ ਰੱਖੇ ਆ, ਅਤੇ ਉਹ ਦੋਵੇਂ ਪਸ਼ੂ ਤੁਹਾਨੂੰ ਤੋਰ ਕੇ ਦਿਖਾਵਾਂਗੇ, ਅਤੇ ਨਾਲ ਇਹਨਾਂ ਦੀ ਡਿਟੇਲ ਤੁਹਾਨੂੰ ਜਿਹੜੀ ਸਾਰੀ ਦੱਸਦੇ ਹਾਂ, ਅਤੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਸਾਰੀ ਡਿਟੇਲ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਇਸ ਚੈਨਲ 'ਤੇ ਪਹਿਲੀ ਵਾਰੀ ਆਏ ਆ ਜਾਂ ਜਿਨ੍ਹਾਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ ਵੀਰ ਜੀ, ਕੀ ਹਾਲ ਜੀ? ਵੀਰ ਜੀ ਨਾਮ ਦੱਸ ਦਿਓ ਜੀ ਕਰੀ ਆਪਣਾ। ਨਾਮ ਮਨਜੀਤ ਸਿੰਘ। ਹਾਂਜੀ, ਪਿੰਡ ਰਾਜੋਗੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ। ਠੀਕ ਹੈ, ਬਿਲਕੁਲ ਆਪਣਾ ਬਾਰਡਰ ਦੇ ਨਾਲ ਹੀ ਪਿੰਡ ਪੈ ਜਾਂਦਾ ਹੈ ਨਾ, ਇਹ ਤੋਂ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਵਾ। ਠੀਕ ਹੈ, ਤੇ ਆਪਾਂ ਨੂੰ ਭਿੱਖੀਵਿੰਡ ਕਿੰਨਾ ਪੈ ਜਾਂਦਾ ਜੀ? ਭਿੱਖੀਵਿੰਡ ਵਿੱਚ ਹੈਗਾ 17 ਕਿਲੋਮੀਟਰ। ਤੇ ਪੱਟੀ ਕਿੰਨਾ ਪੈ ਜਾਂਦਾ ਜੀ? ਪੱਟੀ ਹੈਗਾ ਜੋ ਆਪਾਂ ਨੂੰ 30-32 ਕਿਲੋਮੀਟਰ। 30-32 ਕਿਲੋਮੀਟਰ ਤੇ ਲਾਗੇ ਆਪਾਂ ਨੂੰ ਕੋਈ ਮਸ਼ਹੂਰ ਪਿੰਡ ਕੋਈ ਲਾਗੇ ਪੈ ਜਾਂਦਾ? ਲਾਗੇ ਜੀ ਰਾਜੋਗੇ, ਆਵਾਮ, ਮੱਧਰ। ਅੱਛਾ ਅੱਛਾ, ਠੀਕ ਹੈ। ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਇੱਕ। ਮੋਬਾਈਲ ਨੰਬਰ ਹੈਗਾ 94-71। ਹਾਂਜੀ, 0-75-25। ਠੀਕ ਹੈ ਜੀ। ਤੇ ਵੀਰ ਜੀ ਪਸ਼ੂ ਫਿਰ ਆਪਣੇ ਘਰ ਦੇ ਹੀ ਹੈ ਜੀ? ਹਾਂਜੀ, ਇਹ ਘਰ ਦੇ ਹੀ ਆ। ਠੀਕ ਹੈ, ਦੋਵੇਂ ਘਰ ਦੀਆਂ ਵਾ। ਹਾਂਜੀ ਹਾਂਜੀ। ਤੇ ਇਹ ਕਿਉਂ ਫਿਰ ਵੇਚਦੇ ਨਹੀਂ ਆ? ਇਹ ਵੀਰ ਜੀ ਹੁਣ ਆਪਣੇ ਕੋਲ ਪਸ਼ੂ ਹੈਗੇ ਆ ਮਗਰ ਦੁੱਧ ਵਾਸਤੇ। ਅੱਛਾ ਜੀ, ਨਾਲੇ ਆ ਤੇ। ਅੱਛਾ, ਇਹ ਸੂਈਆਂ ਵਾ ਤੇ ਫਿਰ ਕੀ ਘਟਾ ਦਈਏ, ਹੌਲੇ ਕਰ ਦਈਏ, ਹੈ ਨਾ? ਠੀਕ ਆ। ਔਰ ਸਭ ਤੋਂ ਪਹਿਲਾਂ ਜਿਹੜੀ ਆ ਝੋਟੀ ਬਾਰੇ ਤੁਹਾਨੂੰ ਦੱਸਾਂਗੇ, ਸੋਹਣੀ ਝੋਟੀ ਹੈ, ਬਾਕੀ ਸਿੰਘ ਵੀ ਜਿਹੜਾ ਸੋਹਣਾ ਹੈ, ਅਤੇ ਕੱਦ ਵਜਨ ਦੀ ਵੀ ਚੰਗੀ ਆ, ਬੋਡੀ ਵੇਟ ਵੀ ਪਿਆਰਾ, ਅਤੇ ਸੋਹਣੀ ਫੱਬਦੀ ਆ ਝੋਟੀ ਆਪਣੇ ਰੰਗ ਰੂਪ 'ਚ। ਹਾਂਜੀ ਵੀਰ ਜੀ, ਸੂਆ ਕਿੰਨਵਾਂ ਸੂਈ ਹੈ ਜੀ? ਇਹ ਵੀਰ ਜੀ ਦੂਜਾ ਸੂਆ ਹੈ। ਅੱਛਾ, ਦੂਸਰਾ ਸੂਆ, ਵੇਖਣ ਨੂੰ ਤੇ ਪਹਿਲਾਂ ਨਹੀਂ ਲੱਗਦੀ। ਹਾਂਜੀ, ਵੇਖਣ ਨੂੰ ਪਹਿਲਾਂ ਨੇ, ਬਾਕੀ ਦੂਸਰਾ ਸੂਆ। ਅੱਛਾ ਹੈਗਾ ਦੂਸਰਾ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ 14-15 ਦਿਨ ਹੋ ਗਏ। 14-15 ਦਿਨ ਬੱਚਾ ਕੀ ਆ ਗਿਆ ਮਗਰ? ਬੱਚਾ ਮਗਰ ਕੱਟੀ ਹੈ ਜੀ। ਕੱਟੀ ਹੈਗੀ, ਹਾਂ ਕੱਟੀ ਜੀ ਦੋਸਤੋ, ਕੱਟੀ ਵੀ ਸਿਹੜੀ ਸੋਹਣੀ ਆ, ਮੋਹਰਾ ਦੀ ਕੱਟੀ ਆ ਮਗਰ। ਅਤੇ ਵੀਰ ਜੀ ਹੁਣ ਬਿਲਕੁਲ ਜਿਹੜਾ ਕੰਡੇ 'ਤੇ ਚਾੜਨ ਵਾਲਾ ਦੁੱਧ ਕਿੰਨਾ ਤਿਆਰ ਹੈ? ਵੀਰ ਜੀ 9 ਲੀਟਰ ਦੁੱਧ ਬਿਲਕੁਲ ਤਿਆਰ ਹੈ। ਅੱਛਾ, ਆਪਦਾ 4 ਟਾਈਮ ਚਵਾਈ ਕਰੇ, ਜਿਸ ਤਰ੍ਹਾਂ ਮਰਜ਼ੀ ਕੋਈ ਚਵਾਈ ਕਰ ਲੇ, ਹੈ ਨਾ? ਠੀਕ ਹੈ, ਦੁੱਧ ਹੋਰ ਵੱਧ ਸਕਦੀ ਕਿ ਨਹੀਂ? ਹਾਂਜੀ ਹਾਂਜੀ, ਹੁਣ ਤਾਂ ਪੱਠੇ ਦਾ ਤੁਹਾਨੂੰ ਪਤਾ ਬਾਹਰ ਪੱਠਾ ਨਹੀਂ ਹੈਗਾ ਮੀਂਹ ਦਾ ਕਰਕੇ। ਹਾਂਜੀ ਹਾਂਜੀ, ਤੇ ਹੁਣ ਸੁੱਕੇ ਤੇ ਇੰਨਾ ਗਿਆ, ਕਿੰਨਾ ਕੁ ਦੁੱਧ ਕਰ ਸਕਦੀ ਹੈ? ਘੱਟ ਤੋਂ ਘੱਟ ਵੀਰ ਜੀ ਇਹਨੂੰ 11-12 ਲੀਟਰ ਦੁੱਧ ਪੀ ਜਾਂਦਾ। ਅੱਛਾ, 11-12 ਲੀਟਰ ਦੁੱਧ ਜਿਹੜਾ ਚਵਾ ਜੂਗੀ। ਠੀਕ ਹੈ, ਤੇ ਪਹਿਲੇ ਸੋਏ ਵੀ ਤੁਸੀਂ ਘਰੇ ਚੋਈ ਆ? ਹਾਂਜੀ ਹਾਂਜੀ, ਘਰੇ ਚੋਈ। ਤੇ ਚਵਾ ਚੂ ਓਕੇ ਆ ਪੂਰਾ? ਬਿਲਕੁਲ ਜੀ, ਵਰਗਾ ਕੋਈ ਚੋਣ ਲੱਗਿਆ ਓਲ ਓਲ? ਠੀਕ ਹੈ, ਲੈ ਖੋਲਾ ਫਿਰ ਤੋਰੀ ਇਹਨਾਂ, ਫਿਰ ਇਹਦਾ ਰੇਟ ਆਪਾਂ ਦੱਸਾਂਗੇ। ਬਾਕੀ ਦੋਸਤੋ ਸੋਹਣੀ ਝੋਟੀ ਆ, ਦੇਖ ਸਕਦੇ, ਵੇਖਣ ਨੂੰ ਸੂਆ ਪਹਿਲਾਂ ਲੱਗਦੀ ਆ, ਪਰ ਹੈਗੀ ਵੀਰ ਜੀ ਹੋਣੀ ਕਹਿੰਦੇ ਕਿ ਦੂਸਰਾ ਵਾ। ਤੁਹਾਨੂੰ ਲਾਗੇ ਤਾਂ ਹਵਾਨਾ ਇੱਕ ਵਾਰੀ ਦਿਖਾ ਦਈਏ, ਸੋਹਣੀ ਝੋਟੀ ਆ। ਹਾਂ ਦੇਖ ਸਕਦੇ ਜੀ, ਬਿਲਕੁਲ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦੇ ਕੋਲ ਲੱਗਾ। ਇੱਕ ਵਾਰੀ ਵੀਰ ਜੀ ਫਿਰ ਹੁਣ ਹੌਲੀ ਹੌਲੀ ਤੋਰ ਦਿਓ ਜੀ, ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ ਆਪਾਂ, ਥੋੜ੍ਹਾ ਜਿਹਾ ਡਰਦੀ ਆ ਸਾਡੇ ਕੋਲ, ਹੌਲੀ ਹੌਲੀ ਤੋਰਿਓ ਵਿੱਚ ਇਸ ਤਰ੍ਹਾਂ। ਤੁਹਾਨੂੰ ਆਹ ਦੇਖ ਸਕਦੇ ਹਵਾਨਾ, ਤੁਹਾਨੂੰ ਦਿਖਾ ਦਈਏ, ਬਾਕੀ ਝੋਟੀ ਸੋਹਣੀ ਆ, ਆਹ ਦੇਖ ਸਕਦੇ ਜੀ, ਥੋੜ੍ਹਾ ਜਿਹਾ ਡਰਦੀ ਆ ਸਾਡੇ ਵਾਲੀ ਵੇਖੀ ਜਾਂਦੀ ਜਿਹੜਾ। ਉਂਝ ਵੀਰ ਜੀ ਚੌਂ ਚੌਂ ਚੌਕੇ ਆ? ਠੀਕ ਹੈ ਜੀ, ਇਹ ਬਾਹਰ ਦਾ ਕਰਕੇ ਡਰਦੀ ਹੋਣੀ, ਉਂਝ ਘਰੇ ਤਾਂ ਨਹੀਂ ਇਸ ਤਰ੍ਹਾਂ ਖਰਾਬ ਕਰਦੀ? ਠੀਕ ਹੈ ਜੀ। ਹਾਂਜੀ ਹਾਂਜੀ, ਤੇ ਮੁੱਲ ਫਿਰ ਵੀਰ ਜੀ ਇਹਦਾ ਦੱਸੀਏ ਜੀ ਆਪਾਂ। ਮੁੱਲ ਵੀਰ ਜੀ ਦਾ 67,000। 67,000, ਹਾਂਜੀ। ਕਿੱਥੇ ਕਿ ਛੱਡ ਦੇਣੀ ਆਪਾਂ? ਤੇ ਹਾਂ ਨਾ, ਆਪਣੀ 64,000 ਚ ਦਾ 64,000 ਦੀ ਦੇ ਦੇਣੀ ਆ। ਠੀਕ ਹੈ ਜੀ, ਉਹ ਹੁਣ ਆਪਾਂ ਦੂਸਰੇ ਨੰਬਰ ਤੇ ਮੱਝ ਇੱਕ ਤੁਹਾਨੂੰ ਦਿਖਾਉਣੀ ਆ, ਬਿਲਕੁਲ ਤਾਜ਼ੀ ਸੂਈ, ਹਵਾਨਾ ਇਹਦਾ ਕਰੀ ਦੇਖ ਸਕਦੇ ਜੀ। ਬੱਚਾ ਕੀ ਆ ਗਿਆ ਜੀ ਇਹਦੇ ਮਗਰ? ਇਹਦੇ ਮਗਰ ਕੱਟੀ ਹੋਈ, ਇਹਦੇ ਮਗਰ ਵੀ ਕੱਟੀ, ਨਾੜੂ ਬਿਲਕੁਲ ਗਿੱਲਾ। ਇਹ ਤੇ ਵੀਰ ਜੀ ਤਾਜ਼ੀ ਸੂਈ ਆ, ਹੈ ਨਾ? ਹਾਂਜੀ, ਅੱਜ ਹੀ ਸੂਈ ਆ, ਸਵੇਰੇ ਨਾ 10 ਵਜੇ ਸੂਈ ਆ, ਸਵੇਰੇ 10 ਵਜੇ ਸੂਈ ਆ। ਜੇਰ ਜੁਰ ਪਾਤੀ ਪ੍ਰੋਪਰ? ਹਾਂਜੀ ਪਾਤੀ। ਜੇਰ ਰੱਖੀ ਕਿ ਸੁੱਟਤੀ? ਹਾਂਜੀ ਨਹੀਂ ਰੱਖੀ। ਦਿਖਾ ਦਈਏ ਜੇਰ ਆਪਾਂ? ਠੀਕ ਹੈ ਜੀ, ਆਹ ਦੇਖ ਸਕਦੇ ਜੀ, ਜੇਰ ਵੀ ਜਿਹੜੀ ਬਿਲਕੁਲ ਪ੍ਰੋਪਰ ਪਾਤੀ ਆ। ਤੇ ਵੀਰ ਜੀ ਕਿੰਨਵਾਂ ਸੂਆ ਸੂਈ ਆ ਜੀ? ਇਹ ਵੀਰ ਜੀ ਕਹਿਣੋਂ ਭਾਂ ਤੇ ਜਾ ਕੇ ਇਹਦੀ ਹੈਗੀ ਚੌਥਾ ਸੂਆ। ਅੱਛਾ ਅੱਛਾ, ਚੌਥਾ ਸੂਆ ਸੂਈ ਆ। ਹਾਂਜੀ ਹਾਂਜੀ, ਠੀਕ ਹੈ, ਇਹ ਵੀ ਆਪਣੀ ਘਰ ਦੀ ਆ? ਹਾਂਜੀ ਘਰ ਦੀ ਆ। ਕਿੰਨਾ ਕੁ ਦੁੱਧ ਚੋਇਆ ਫਿਰ ਇਹਦੇ ਥੱਲੇ ਤੇ? ਇਹ ਵੀਰ ਜੀ 11-12 ਲੀਟਰ ਆਏ ਸੂਏ ਕੱਢਦੀ ਰਹੀ ਆ। ਅੱਛਾ ਅੱਛਾ, 11-12 ਲੀਟਰ ਜਿਹੜਾ ਹੱਥੀ ਚੋਇਆ ਵਾ ਦੁੱਧ। ਠੀਕ, ਐਰ ਕੇ ਕੱਢ ਜਾਓ ਇਹਨਾਂ ਫਿਰ। ਕੱਢੋ ਜੀ, ਕੱਢੋ। ਠੀਕ ਹੈ, ਲੈ ਖੋਲੋ ਫਿਰ ਇਹਨਾਂ ਵੀ ਤੋਰੀਏ ਜੀ, ਇਹਨਾਂ ਵੀ ਤੋਰ ਕੇ ਦਿਖਾਉਂਦੇ ਹਾਂ ਤੁਹਾਨੂੰ। ਹਾਂ ਦੇਖ ਸਕਦੇ ਜੀ, ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਈਏ, ਕੱਟੀ ਨਾਲ ਜਿਹੜਾ ਪ੍ਰੇਮ ਮੱਝ ਦਾ ਜ਼ਿਆਦਾ ਹੈ, ਅਤੇ ਕੱਟੀ ਤੋਂ ਬਗੈਰ ਜਿਹੜਾ ਮੱਝ ਤੁਰਦੀ ਨਹੀਂ। ਹਵਾਨਾ ਦੇਖ ਸਕਦੇ, ਹਵਾਨਾ ਕਾਫੀ ਸੋਹਣਾ ਲੱਗਾ, ਜੇ ਹਵਾਨੇ ਦੇ ਹਿਸਾਬ ਨਾਲ ਲਾਈਏ ਤਾਂ ਫਿਰ ਲੱਗਦਾ ਦੁੱਧ ਜਿਹੜਾ ਵੱਧ ਵੀ ਕੱਢ ਦੂਗੀ।
हवाना एक बार तुम लागे तो दिखा दिए सोना हवाना वा जरा ये को लगा। ठीक है वीर जी लै आओ जी रेट जेडे वीर तो पुछते हैं फेस क्वालिटी यदि एक करी तो ही देख सकते जी ले जाओ वीर जी बन दो जी थान भी देख सकते जी थल तो मगर भी ये कट्टी आ गई जी थान एक करी तुम लागे तो दिखा दें। हाँ जी वीर जी फिर मुल आप दसीए जी हम विखाई है मुल भीर जी 63,000 रुपया। अच्छा जी 60,000 की हाँ 60,000 की हाँ जी दे दोगे। ठीक है ते थान थोन ओके दोवे बिल्कुल कोई वाद कट जाए कोई भूर छिट्टा कोई नहीं वीर जी। ठीक है जी ठीक है वीर जी बहुत बहुत धन्यवाद जी। पशु जेडे दो वीर जी उन्होंने विकाऊ किए एक झोटी है तो एक जी मझ वीर जी ने विकाऊ की बाकी कोई भी वीर इतने आए अपना तसली करे हथी चवाई करे चैक पास करे तो अपना फिर पशु खरीदे जी। हाँ जी दोस्तों वीडियो ने पूरा देखने लिए बहुत बहुत धन्यवाद जी।